ਮਸੀਆਂ ਪੱਤੀ ਹਵੇਲੀ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ। ਮੈਂ ਹਵੇਲੀ ਪੱਤੀ ਦਾ ਸਰਪੰਚ ਹੋਣ ਨਾਤੇ ਥੋੜ੍ਹਾ ਪਬਲਿਕੀ ਗੱਲਾਂ ਕਰਨੀਆਂ ਚਾਹੁੰਦਾ। ਮੈਂ ਜੋ ਆਪਣੇ ਸ਼ੁਰੂਆਤ ਦੇ ਵਿੱਚ ਕੰਮ ਕੀਤੇ ਆ, ਥੋੜ੍ਹੇ ਸ਼ੁਰੂ ਕੀਤੇ ਆ, ਜ਼ਿਆਦਾ ਨਹੀਂ, ਅਤੇ ਬਾਕੀ ਸ਼ੁਰੂ ਜਿਹੜਾ ਮੈਂ ਕਰ ਲਿਆ ਉਹ ਤੁਹਾਨੂੰ ਮੈਂ ਥੋੜ੍ਹਾ ਵੇਰ ਵੀ ਨਾ ਦੱਸ ਦੇਣਾ। ਠੀਕ ਹੈ ਜੀ। ਮੈਂ ਸਕੂਲ ਦਾ ਕੰਮ ਪਹਿਲੇ ਪੜਾਅ ਵਿੱਚ ਕੀਤਾ। ਸਕੂਲ ਦੀਆਂ ਕੰਧਾਂ ਨੂੰ ਪਲਸਤਰ ਕਰਵਾ ਕੇ, ਸਕੂਲ ਦਾ ਗੇਟ, ਸਕੂਲ ਦਾ ਕਮਰੇ ਸਾਰੇ ਨੂੰ ਸਫੈਦੀ ਕਰਵਾਈ, ਮਤਲਬ ਚੰਗਾ ਹਾਲਤ ਵਿੱਚ ਬਣਾਉਣਾ ਚਾਹੁੰਦਾ। ਹਾਲੇ ਵੀ ਮੇਰੀ ਕਮੀ ਹੈ, ਸਕੂਲ ਦੇ ਵਿੱਚ ਰਹਿ ਗਈ ਹੈ, ਉਹ ਮੈਂ ਬਣਾ ਰਿਹਾ। ਫਿਰ ਮੈਂ ਕਬਰਾਂ ਦੇ ਕਬਰਸਤਾਨ ਦੇ ਵਿੱਚ ਸ਼ੈੱਡ ਬਣਾਈ ਹੈ, ਬਹੁਤ ਵੱਡੀ, ਬਹੁਤ ਵੇਖਣ ਯੋਗ ਹੈ। ਬਾਕੀ ਮਨਰੇਗਾ ਦੇ ਥਰੂ ਮੈਂ ਸਾਰਾ ਕੰਮ ਕਰਵਾ ਰਿਹਾ। ਪੰਚਾਇਤੀ ਜ਼ਮੀਨ ਜਿਹੜੀ ਆ, ਇਹ ਜੋ ਸਾਨੂੰ ਸਰਕਾਰ ਬੋਲੀ ਕਰਾ ਕੇ ਪੈਸੇ ਪ੍ਰਾਪਤ ਕਰਾਉਂਦੀ ਹੈ, ਉਹਦਾ 32% ਜਿਹੜਾ ਹੈ ਕੱਟ ਲੈਂਦੀ ਹੈ, ਜੋ ਕਿ ਨਹੀਂ ਹੋਣਾ ਚਾਹੀਦਾ। ਸਾਰਾ ਕੰਮ ਸਾਡੇ ਪੰਚਾਇਤ ਦੇ ਵਿਕਾਸ 'ਤੇ ਲੱਗਣਾ ਚਾਹੀਦਾ, ਕਿਉਂਕਿ ਸਾਨੂੰ ਇਹਦੇ ਨਾਲ ਬਾਹਲਾ ਘਾਟਾ ਪੈਂਦਾ। ਸਾਰੇ ਅੱਧੇ ਪੈਸੇ ਤਾਂ ਉਹ ਹੀ ਲੈ ਜਾਂਦੇ, ਅਤੇ ਸਾਡੇ ਕੋਲ ਰਹਿੰਦਾ ਕੁਛ ਨਹੀਂ ਗਾ। ਇਹ 'ਤੇ ਮੈਂ ਅਪੀਲ ਕਰਦਾ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ 'ਤੇ। ਮੈਂ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਣੀ ਫਸਲ ਜਿਹੜੀ ਆ ਪਕਾ ਕੇ ਸੁਕਾ ਕੇ ਮੰਡੀ 'ਚ ਜਾਣ, ਕਿ ਉਹਦਾ ਵਾਜਬ ਭਾਅ ਇਹਨਾਂ ਨੂੰ ਮਿਲ ਸਕੇ। ਬਾਕੀ ਪਾਣੀ ਜਿਹੜੀ ਫਸਲੀ ਚੱਕਰ, ਇਹਨਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਕਿ ਪਾਣੀ ਦੀ ਜਿਹੜੀ ਦੁਰਦਸ਼ਾ ਹੋ ਰਹੀ ਆ, ਇਹ ਆਪਣੇ ਆਉਣ ਵਾਲੇ ਸਮੇਂ ਵਿੱਚ ਉਜਾੜ ਕੇ ਰੱਖ ਦੂਗੀ। ਪਾਣੀ ਪੀਣ ਦੇ ਪੀਣ ਨੂੰ ਬਚਣਾ ਹੀ ਨਹੀਂ ਬੱਚਿਆਂ ਵਾਸਤੇ, ਨਾ ਆਪਣੀ ਜ਼ਮੀਨ ਬਚਣੀ ਹੈ, ਕਿਉਂ ਉਜਾੜਾ ਹੈਗਾ ਇਹ ਪੜਨ ਵਾਲਾ ਹੋ ਰਿਹਾ ਪੰਜਾਬ। ਇਹਦੇ ਬਾਰੇ ਗੌਰਮੈਂਟ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ। ਬਾਕੀ ਜੋ ਪਰਾਲੀ ਨੂੰ ਅੱਗ ਲਾਉਂਦੇ ਆ, ਬਿਲਕੁਲ ਨਾ ਲਾਉਣ, ਇਹ ਆਪਣੇ ਜ਼ਮੀਨ ਦੇ ਥੱਲੇ ਵਾਹੁਣ, ਜਾ ਕੇ ਜ਼ਮੀਨ ਦੀ ਤਾਕਤ ਵੱਧਦੀ ਹੈ, ਅਤੇ ਸਾਡੇ ਪ੍ਰਦੂਸ਼ਣ ਦਾ ਜਿਹੜੀ ਆ ਇਹ ਕਮੀ ਆਉਣੀ ਚਾਹੀਦੀ ਹੈ, ਕਿ ਲੋਕ ਬਿਮਾਰ ਘੱਟ। ਜੀ, ਮੈਂ ਆਪਣੀ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜੇ ਕਿਸਾਨਾਂ ਵਾਸਤੇ ਸੰਦ ਵਾ ਆਪਣੇ ਜ਼ਮੀਨ ਨੂੰ ਵਾਹੁਣ ਵਾਸਤੇ, ਪਰਾਲੀ ਨੂੰ ਦੱਬਣ ਵਾਸਤੇ, ਉਹ ਬੜੇ ਕੋਸਟਲੀ ਹੈਗੇ ਆ, ਕਿਉਂਕਿ ਜਿਹੜਾ ਛੋਟਾ ਕਿਸਾਨ ਆ ਉਹ ਨਹੀਂ ਲੈ ਸਕਦਾ। ਇਸ ਕਰਕੇ ਕਿਸਾਨ ਨੂੰ ਆਪਣੀਆਂ ਸੁਸਾਇਟੀਆਂ ਦੇ ਵਿੱਚ ਸੰਦ ਲਿਆ ਕੇ ਦੇਣੇ ਚਾਹੀਦੇ ਆ, ਜੋ ਕਿ ਪਰਾਲੀ ਨੂੰ ਪੂਰਾ ਦਬਾ ਦੇਣ ਜ਼ਮੀਨ ਦੇ ਵਿੱਚ, ਅਤੇ ਆਪਣੇ ਫਸਲੀ ਚੱਕਰ ਦਾ ਕਾਫੀ ਬਚਾਅ ਹੋ ਸਕਦਾ, ਇਹਨਾਂ ਦੀ ਖਾਦ ਦਾ, ਕੀੜਿਆਂ ਦੀ ਮਾਰ ਦਵਾਈ ਦਾ ਕਾਫੀ ਫਰਕ ਪੈਣ ਵਾਲਾ, ਪਰ ਲੋਕ ਜੇ ਚਾਹੁਣਗੇ ਤਾਂ ਹੀ ਹੋਣਾ। ਇਹ ਜਿਹੜੇ ਸੰਦ ਵਾ ਇਹ ਘੱਟ ਪਰਾਲੀ ਨੂੰ ਦਬਾਉਣ ਵਾਸਤੇ 15 ਲੱਖ ਦੇ ਆਉਂਦੇ ਆ, ਘੱਟ ਤੋਂ ਘੱਟ 10 ਲੱਖ ਦੇ ਹੋਣੇ ਚਾਹੀਦੇ ਆ, ਜੋ ਕਿ ਹਰ ਕਿਸਾਨ ਲਿਆ ਕੇ ਆਪਣਾ ਇਸਤੇਮਾਲ ਕਰ ਸਕਦਾ। ਬਾਕੀ ਮੈਂ ਪੂਰੇ ਜ਼ੋਰ ਨਾਲ ਅਪੀਲ ਕਰਦਾ ਸਰਕਾਰ ਨੂੰ ਵੀ ਜਿਹੜੇ ਕੀਟਨਾਸ਼ਕ ਦਵਾਈਆਂ ਡੁਪਲੀਕੇਟ ਆਉਂਦੀਆਂ, ਉਹਦੀ ਥਾਂ ਅਸਲੀ ਦਵਾਈਆਂ ਦੇਣੀਆਂ ਚਾਹੀਦੀਆਂ, ਟੈਕਸ ਮੁਕਤ ਹੋਣੀਆਂ ਚਾਹੀਦੀਆਂ। ਜੋ ਟੈਕਸ ਬਹੁਤ ਜ਼ਿਆਦਾ ਹਰ ਕਿਸਾਨ ਮਤਲਬ ਜ਼ਿਆਦਾ ਨਹੀਂ ਪੇ ਕਰ ਸਕਦਾ, ਉਹਦਾ ਟੈਕਸ ਘੱਟ ਤੋਂ ਘੱਟ ਹੋਣਾ ਚਾਹੀਦਾ। ਜੀ ਹਾਂਜੀ, ਮੈਂ ਸਰਕਾਰ ਨੂੰ ਪੂਰੀ ਜ਼ੋਰ ਅਪੀਲ ਕਰਦਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਚਕਾਰ ਕਿਸੇ ਨਾਲ ਧੜੀ ਬੰਦੇ ਨਹੀਂ ਹੋਣੀ ਚਾਹੀਦੀ। ਕਈ ਪਿੰਡਾਂ ਨੂੰ ਗ੍ਰਾਂਟ ਬਿਲਕੁਲ ਨਹੀਂ ਮਿਲਦੀ, ਕਈਆਂ ਨੂੰ ਬਹੁਤ ਮਿਲਦੀ ਆ, ਕਿਉਂਕਿ ਪਿੰਡ ਦਾ ਵਿਕਾਸ ਕੀ ਹੋਣਾ, ਉਹ ਤਾਂ ਸਾਰਾ ਹੀ ਰੁਕ ਜਾਂਦਾ, ਇੱਕ ਪਿੰਡ ਦਾ ਨਹੀਂ ਹੋ ਸਕਦਾ, ਸਾਰੇ ਪਿੰਡ ਦਾ ਹੀ ਰੁਕਦਾ। ਵੀ ਇੱਕ ਪਿੰਡ ਨੂੰ ਨਾ ਦਈਏ ਤਾਂ ਸਾਰਾ ਪਿੰਡ ਨਹੀਂ ਖੁਸ਼। ਜੇ ਸਾਰਿਆਂ ਨੂੰ ਦੇਣਾ ਚਾਹੀਦਾ, ਸਰਕਾਰ 'ਚ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ।